ਐਨਆਰਆਈ ਟੀਵੀ ਤੇ ਤੁਹਾਡਾ ਸਵਾਗਤ ਹੈ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਹਰ ਖਬਰ ਤੱਕ ਪਹੁੰਚਣ ਲਈ ਬੈਲ ਆਈਕਨ ਦਬਾਉਣਾ ਬਿਲਕੁਲ ਨਾ ਭੁੱਲਿਓ। ਆਪਣੇ ਸਾਲਾਨਾ ਈਵੈਂਟ 'ਚ ਐਪਲ ਨੇ ਨਵਾਂ ਆਈਫੋਨ XS, XX Max ਤੇ XR ਲਾਂਚ ਕਰ ਦਿੱਤਾ ਹੈ। ਆਈਫੋਨ XS 'ਚ ਸੁਪਰ ਰੈਟੀਨਾ ਡਿਸਪਲੇ ਦਿੱਤੀ ਗਈ ਹੈ। ਡਿਜ਼ਾਈਨ ਦੇ ਮਾਮਲੇ 'ਚ ਆਈਫੋਨ XS ਬਿਲਕੁਲ ਆਈਫੋਨ X ਹੀ ਲੱਗਦਾ ਹੈ। ਹਾਲਾਂਕਿ ਹਮੇਸ਼ਾ ਦੀ ਤਰ੍ਹਾਂ ਕੰਪਨੀ ਦੇ CEO ਨੇ ਇਸ ਨੂੰ ਹੁਣ ਤੱਕ ਦਾ ਸਭ ਤੋਂ ਐਡਵਾਂਸ ਆਈਫੋਨ ਦੱਸਿਆ ਹੈ। 12 ਬਾਇਓਨਿਕ ਚਿਪਸੈਟ ਦਿੱਤਾ ਗਿਆ ਹੈ ਜੋ ਪਿਛਲੇ ਪ੍ਰੋਸੈਸਰ ਦੇ ਮੁਕਾਬਲੇ ਫਾਸਟ ਹੈ। ਨਵੇਂ ਆਈਫੋਨ 'ਚ ਡਿਊਲ ਰੇਅਰ ਕੈਮਰਾ 12 ਮੈਗਾਪਿਕਸਲ ਵਾਈਡ ਪਲੱਸ 12 ਮੈਗਾਪਿਕਸਲ ਟੈਲੀਫੋਨ ਕੈਮਰਾ ਮਿਲੇਗਾ। ਸੈਲਫੀ ਲਈ ਫਰੰਟ 'ਚ ਡਿਊਲ 7 ਮੈਗਾਪਿਕਸਲ ਪਲੱਸ IR ਕੈਮਰਾ ਮਿਲੇਗਾ। ਫੋਟੋ ਨੂੰ ਬਿਹਤਰ ਕਰਨ ਲਈ ਨਿਊਰਲ ਇੰਜਨ ਕੰਮ ਕਰੇਗਾ। 5 ਟ੍ਰਿਲੀਅਨ ਆਪਰੇਸ਼ਨ ਪ੍ਰਤੀ ਸੈਕਿੰਡ ਦੀ ਦਰ ਨਾਲ ਕੰਮ ਕਰਨ ਦੀ ਸਮਰੱਥਾ ਇਸ ਪ੍ਰੋਸੈਸਰ 'ਚ ਦਿੱਤੀ ਗਈ ਹੈ। ਕੰਪਨੀ ਦਾ ਦਾਅਵਾ ਨਵੇਂ ਆਈਫੋਨ 'ਚ 30% ਤੇਜ਼ ਡਾਊਨਲੋਡ ਹੋਣਗੀਆਂ ਐਪਸ। ਨਵੇਂ ਆਈਫੋਨ 'ਚ ਮਿਲੇਗੀ 512 GB ਇੰਟਰਨਲ ਸਟੋਰੇਜ। ਫੇਸ ID ਲਈ ਕਈ ਤਰ੍ਹਾਂ ਦੇ ਸੈਂਸਰ ਦਿੱਤੇ ਗਏ ਹਨ ਤਾਂ ਜੋ ਇਸ ਨੂੰ ਪਹਿਲਾਂ ਨਾਲੋਂ ਬਿਹਤਰ ਬਣਾਇਆ ਜਾ ਸਕੇ। ਬਿਹਤਰ ਸਾਊਂਡ ਐਕਸਪੀਰੀਅੰਸ ਲਈ ਕੰਪਨੀ ਨੇ ਇਸ ਵਿੱਚ ਪਹਿਲਾਂ ਨਾਲੋਂ ਬਿਹਤਰ ਸਪੀਕਰ ਦਿੱਤਾ ਹੈ। ਬਿਊਰੋ ਰਿਪੋਰਟ, ਦਾ TV, NRI।